ਸਕਦਾ। ਉਸ ਤੋਂ ਜਨਰ ਪਤਾ ਕਿ ਅੱਜ ਡਾਕਟਰ ਭੀਮ ਰਾਵ ਅੰਬੇਦਕਰ ਬਾਬਾ ਜੀ ਦਾ ਜਨਮ ਦਿਨ ਹੈ ਤੇ ਅਸੀਂ ਜਨਮ ਦਿਨ ਦੇ ਤਿਹਾਰ ਤੇ ਅੱਜ ਆਪਾਂ ਲਾਲੂ ਬੈਠਣੇ ਆ ਲਾਲੂ ਜਿੱਥੇ ਸਾਡੇ ਨਾਲ ਜਿਹੜੇ ਇਸ ਟਾਈਮ ਚੁਣੇ ਗਏ ਨਗਰ ਕੌਂਸਲ ਦੇ ਪ੍ਰਧਾਨ ਸੀ ਵਾਈਸ ਪ੍ਰਧਾਨ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਾਡੇ ਅਦਾਰੇ ਵੱਲੋਂ ਤੁਹਾਨੂੰ ਡਾਕਟਰ ਭੀਮ ਅੰਬੇਦਕਰ ਦੇ ਜਨਮ ਦਿਨ ਦਾ ਲੱਖ ਲੱਖ ਮੁਬਾਰਕਾਂ ਜੀ। ਬਹੁਤ ਆਪ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਅੱਜ ਜਿਹੜਾ ਦਿਨ ਮਨਾ ਰਹੇ ਕੀ ਕਹਿਣਾ ਤੁਹਾਡਾ ਇਸ ਬਾਰੇ? ਦੇਖੋ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਸਾਰੇ ਸੰਸਾਰ ਦੇ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਡਾਕਟਰ ਸਾਹਿਬ ਦਾ ਜਿਹੜਾ ਜਨਮਦਿਨ ਹੈ ਆਪਾਂ ਨੂੰ ਬੜੀ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ। ਅੱਜ ਉਸ ਮਹਾਨ ਸ਼ਖਸੀਅਤ ਦੀ ਜਨਮਦਿਨ ਹੈ ਕਿ ਜਿਨ੍ਹਾਂ ਨੇ ਇੱਕ ਪਿਛਲੇ ਵਰਗ ਦੇ ਲੋਕਾਂ ਨੂੰ ਬਹੁਤ ਅਧਿਕਾਰ ਦਿੱਤੇ ਹੈ ਕਿ ਉਹਨਾਂ ਨੇ ਉਹ ਜ਼ਮਾਨਾ ਦੇਖਿਆ ਸੀ ਕਿ ਜਿਹੜੇ ਸਾਡੇ ਦਲਿਤ ਸਮਾਜ ਦੇ ਲੋਕ ਸੀ ਉਹਨਾਂ ਨਾਲ ਬੜਾ ਧੱਕਾ ਹੋ ਰਿਹਾ ਸੀ। ਸਾਨੂੰ ਕਾਨੂੰਨੀ ਤੌਰ 'ਤੇ ਉਹਨਾਂ ਨੇ ਅਧਿਕਾਰ ਦੇ ਕੇ ਸਾਨੂੰ ਅੱਜ ਇੱਥੇ ਨਵਾਜਿਆ। ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਮਹਾਨ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜਨਮਦਿਨ ਦੀ ਖੁਸ਼ੀ ਹੈ ਕਿ ਆਪਾਂ ਨੂੰ ਸਭ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਤਾਂ ਉਹਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਜਿਹੜੇ ਉਹਨਾਂ ਦੇ ਪਤਕਾਰ ਨੇ ਉਹਨਾਂ ਦੀ ਚੱਲਣਾ ਚਾਹੀਦਾ ਹੈ। ਜੈ ਭੀਮ ਜੈ ਭਾਰਤ। ਸਾਡੇ ਨਾਲ ਹੋਰ ਵੀ ਇੱਥੇ ਬਤੌਲੇ ਰਾਜਨ ਖੜੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੇਰਾ ਨਾਮ ਕੀ ਜੀ? ਮੇਰਾ ਨਾਮ ਜਸਵੀਰ ਸਿੰਘ ਹੈ ਜੀ। ਡਾਕਟਰ ਬੀ ਆਰ ਅੰਬੇਦਕਰ ਸੇਵਾ ਸੁਸਾਇਟੀ ਦਾ ਮੈਂ ਉਪ ਪ੍ਰਧਾਨ ਹਾਂ ਜੀ। ਅਸੀਂ ਦੇਖੋ ਪਬਲਿਕ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਡਾਕਟਰ ਬੀ ਆਰ ਅੰਬੇਡਕਰ ਜੀ ਨੇ ਆਪਣਾ ਪੂਰਾ ਹੀ ਜੀਵਨ ਜਿਹੜਾ ਹੈ ਉਹ ਇੱਕ ਬਰਾਬਰਤਾ ਦਾ ਦਰਜਾ ਦੇਣ ਵਾਸਤੇ ਪੂਰੇ ਸੰਸਾਰ ਦੇ ਵਿੱਚ ਕਿ ਈਵਨ ਕਿ ਜਿਹੜਾ ਹੈ ਭਾਰਤ ਜਿਹੜਾ ਕਿ ਬਹੁਤ ਜ਼ਿਆਦਾ ਹੀ ਜਿਹੜਾ ਹੈ ਜਾਤੀਆਂ ਦੇ ਵਿੱਚ ਵੰਡਿਆ ਹੋਇਆ ਸੀ ਔਰ ਊਚ ਨੀਚ ਭੇਦਭਾਵ ਬਹੁਤ ਜ਼ਿਆਦਾ ਸੀ ਤਾਂ ਸਾਰਿਆਂ ਦਾ ਹੀ ਜੀਵਨ ਇੱਕ ਬਰਾਬਰਤਾ ਦੇਣ ਵਾਸਤੇ ਜੋ ਉਹਨਾਂ ਸੰਘਰਸ਼ ਲੜਿਆ ਭਾਵੇਂ ਕਿ ਪਾਣੀ ਦਾ ਅੰਦੋਲਨ ਹੋਵੇ ਚਾਹੇ ਕਿ ਇੱਕ ਜਿਹੜਾ ਹੈ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜਾ ਹੈ ਗਰੀਬ ਨੂੰ ਜਾਂ ਫਿਰ ਦਲਿਤ ਜਿਹੜਾ ਹੈ ਸਕੂਲ ਵਿੱਚ ਜਾਣ ਜਿੱਥੇ ਆਗਿਆ ਨਹੀਂ ਸੀ ਉਹ ਸਾਨੂੰ ਅਧਿਕਾਰ ਲੈ ਕੇ ਦਿੱਤੇ ਹੈ ਔਰ ਸਭ ਤੋਂ ਵੱਡਾ ਜਿਹੜਾ ਸਾਡਾ ਇੱਕ ਅਧਿਕਾਰ ਸੀ ਸਾਡਾ ਵੋਟ ਪਾਉਣ ਦਾ ਅਧਿਕਾਰ ਸੀ ਜਿਹੜਾ ਕਿ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਖੁਦ ਆਪ ਜਿਹੜਾ ਸਾਨੂੰ ਲੈ ਕੇ ਦਿੱਤਾ ਉਸ ਤੋਂ ਪਹਿਲਾਂ ਸਾਨੂੰ ਕਿਤੇ ਵੀ ਦਲਿਤ ਨੂੰ ਜਾਂ ਫਿਰ ਲਤਾੜੇ ਹੋਏ ਲੋਕਾਂ ਨੂੰ ਇਹ ਵੋਟ ਦਾ ਅਧਿਕਾਰ ਵੀ ਨਹੀਂ ਸੀ। ਅੱਜ ਆਪਾਂ ਜਿਹੜੇ ਵੋਟਾਂ ਦੀ ਤਾਕਤ ਜਿਹੜੀ ਬਣ ਕੇ ਅੱਜ ਆਪਾਂ ਹਰ ਸੰਸਥਾਵਾਂ ਦੇ ਉੱਪਰ ਜਿਹੜੇ ਹੈ ਸਾਡੇ ਜਿਹੜੇ ਜੱਜ ਵੀ ਬੈਠੇ ਨੇ MLA ਬੈਠੇ ਨੇ MP ਵੀ ਬੈਠੇ ਨੇ ਪਰ ਬੜੇ ਹੀ ਅਫਸੋਸ ਹੁੰਦਾ ਹੈ ਕਿ ਸਾਡੇ ਜਿਹੜੇ ਹੈ ਪੀਰਾਂ ਪੈਗੰਬਰਾਂ ਨੇ ਪਿਛਲੇ ਸਮੇਂ ਜਿਤਨਾ ਬੁੱਧ ਧਰਮ ਆਇਆ ਬਾਬਾ ਨਾਨਕ ਆਇਆ ਭਗਤ ਕਬੀਰ ਜੀ ਆਏ ਨੇ ਰਾਮਦਾਸ ਜੀ ਆਏ ਨੇ ਭਾਵੇਂ ਉਹ ਆਏ ਨੇ ਉਹਨਾਂ ਨੇ ਆਪਣੀ ਜਿਹੜੀ ਹੈ ਇੱਕ ਧਾਰਮਿਕ ਗ੍ਰੰਥ ਲਿਖੇ ਧਾਰਮਿਕ ਗ੍ਰੰਥਾਂ ਦੇ ਰਾਹੀਂ ਲੋਕਾਂ ਨੂੰ ਜਿਹੜਾ ਸਮਝਾਇਆ ਬਰਾਬਰ ਦਾ ਅਧਿਕਾਰ ਦਿੱਤਾ ਪਰ ਜਿਹੜਾ ਸਾਡਾ ਅਸਲੀ ਜੋ ਕਾਨੂੰਨ ਤੌਰ ਤੇ ਜਿਹੜਾ ਦਰਜਾ ਮਿਲਿਆ ਉਹ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਸੰਵਿਧਾਨ ਚ ਉਹਨਾਂ ਰਚਿਆ ਸੀ ਬਣਾਇਆ ਸੀ ਉਸਦੇ ਤਹਿਤ ਹੀ ਸਾਨੂੰ ਜਿਹੜਾ ਹੈ ਅੱਜ ਸਾਰੇ ਅਧਿਕਾਰ ਸਾਨੂੰ ਮਿਲ ਰਹੇ ਨੇ ਪਰ ਬੜੇ ਅਫਸੋਸ ਨਾਲ ਕਿਹੜਾ ਪੈ ਰਿਹਾ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅੱਜ ਮੌਕੇ ਦੀ ਸਰਕਾਰ ਨੇ ਜਿੱਥੇ ਸਾਨੂੰ ਜਿਹੜਾ ਹੈ ਬਹੁਤ ਸਾਰੇ ਅਧਿਕਾਰ ਜਿਹੜੇ ਉਸ ਤੋਂ ਵੰਚਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਕਿ ਹੁਣ ਆਪਾਂ ਦੇਖ ਰਹੇ ਹਾਂ ਪੂਰੇ ਭਾਰਤ ਦੇ ਵਿੱਚ ਕਿਸਾਨ ਮਜ਼ਦੂਰ ਜਿਹੜਾ ਹੈ ਅੰਦੋਲਨ ਜਾਰੀ ਹੈ ਔਰ ਇਸ ਦਾ ਜਿਹੜਾ ਹੈ ਸਹੀ ਮਾਇਨਿਆਂ ਦੇ ਵਿੱਚ ਆਪਾਂ ਤਾਂ ਹੀ ਜਿਹੜੀ ਤੋਂ ਜਿੱਤ ਪ੍ਰਾਪਤ ਕਰ ਸਕਦੇ ਹਾਂ ਜੇਕਰ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਬਣਾਏ ਹੋਏ ਸੰਵਿਧਾਨ ਨੂੰ ਜੇਕਰ ਆਪਾਂ ਬਚਾਵਾਂਗੇ। ਅੱਜ ਦਾ ਜਿਹੜਾ ਹੈ ਦਿਹਾੜਾ ਆਪਾਂ ਸੰਵਿਧਾਨ ਬਚਾਓ ਦੇ ਤੌਰ ਦੇ ਉੱਪਰ ਦਿਹਾੜਾ ਜਿਹੜਾ ਮਨਾ ਰਹੇ ਹਾਂ ਆਪਾਂ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਔਰ ਇਸ ਦੇ ਵਿੱਚ ਪੂਰੀਆਂ ਹੀ ਕਿਸਾਨ ਜਥੇਬੰਦੀਆਂ ਔਰ ਕਿਰਤੀਆਂ ਔਰ ਹਰ ਇੱਕ ਸਮਾਜ ਦਾ ਵਰਗ ਜਿਹੜਾ ਇਹਦੇ ਨਾਲ ਜੁੜ ਕੇ ਜੇਕਰ ਆਪਾਂ ਡਾਕਟਰ ਸਾਹਿਬ ਦੇ ਸਹੀ ਪੂਰਨੇ ਦੇ ਉੱਪਰ ਚੱਲਾਂਗੇ ਤਾਂ ਹੀ ਸਾਡੇ ਦੇਸ਼ ਦਾ ਸਾਡਾ ਸੰਵਿਧਾਨ ਬਚ ਸਕਦਾ ਹੈ ਔਰ ਇਸ ਦੇ ਵਿੱਚ ਹਰ ਇੱਕ ਬੱਚੇ ਤੱਕ ਜਿਹੜੀ ਗੱਲ ਜਾਣੀ ਚਾਹੀਦੀ ਹੈ ਪਹੁੰਚਣੀ ਚਾਹੀਦੀ ਹੈ। ਸਾਨੂੰ ਬਹੁਤ ਜ਼ਿਆਦਾ ਮਾਣ ਹੈ ਖੁਸ਼ੀ ਹੈ ਕਿ ਅਸੀਂ ਲਗਭਗ 4-5 ਸਾਲ ਤੋਂ ਜਿਹੜੀ ਆਪਣੀ ਸੁਸਾਇਟੀ ਰਜਿਸਟਰ ਕਰਾ ਕੇ ਇੱਥੇ ਸਭ ਤੋਂ ਪਹਿਲਾਂ ਭਵਨ ਦੀ ਜਗ੍ਹਾ ਲਈ ਹੈ ਔਰ ਉਸ ਤੋਂ ਬਾਅਦ ਭਵਨ ਜਿਹੜਾ ਤਿਆਰ ਕੀਤਾ ਗਿਆ ਬਣਾ ਰਹੇ ਨੇ ਕੁਛ ਕੰਮ ਜਿਹੜਾ ਅਧੂਰਾ ਆ ਉਹ ਸਾਡੀ ਜਿਹੜੀ ਸਮੇਂ ਦੀ ਸਰਕਾਰ ਨੂੰ ਮੰਗ ਹੈ ਕਿ ਵੀ ਜਲਦੀ ਜਲਦੀ ਪੂਰਾ ਕੀਤਾ ਜਾ ਸਕੇ ਔਰ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਿਹੜਾ ਹੈ ਉਹ ਲੋਕਾਂ ਨੂੰ ਜਿਹੜਾ ਹੈ ਸੁਨੇਹਾ ਹੈ ਉਹ ਘਰ ਘਰ ਪਹੁੰਚੇ ਔਰ ਸਾਡੇ ਵਾਸਤੇ ਇੱਕ ਸੰਸਥਾ ਇਹੋ ਜਿਹੀ ਹੋਵੇ ਜਿੱਥੇ ਉੱਥੇ ਬੈਠ ਕੇ ਆਪਾਂ ਆਪਣੇ ਦੁੱਖ ਸੁੱਖ ਬੋਲ ਸਕੀਏ ਔਰ ਸਮਾਜਕ ਜਿਹੜੇ ਕੰਮ ਕਰ ਸਕੀਏ ਸਾਡਾ ਜਿਹੜਾ ਭਵਨ ਵੀ ਹੈ ਉਹ ਜਲਦੀ ਜਲਦੀ ਕੰਪਲੀਟ ਹੋਵੇ ਇਹ ਵੀ ਪੂਰਜ ਮੰਗ ਕਰਦੇ ਹਾਂ। ਬਾਕੀ ਅੱਜ ਦੇ ਜਨਮ ਦਿਨ ਦਿਹਾੜੇ ਦੇ ਉੱਪਰ ਆਪਾਂ ਡਾਕਟਰ ਬੀ ਆਰ ਅੰਬੇਡਕਰ ਜੀ ਦੀਆਂ ਪੂਰੇ ਸੰਸਾਰ ਨੂੰ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ ਹਾਂ ਔਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਤੁਸੀਂ ਇੱਥੇ ਆਏ ਹੋ ਸਾਡਾ ਮਾਣ ਵਧਾਇਆ। ਜੈ ਭੀਮ ਜੈ ਭਾਰਤ। ਇਹ ਤਾਂ ਸਾਡੇ ਨਾਲ ਡਾਕਟਰ ਭੀਮ ਅੰਬੇਦਕਰ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਪ੍ਰਧਾਨ ਜਿਨ੍ਹਾਂ ਨੇ ਡਾਕਟਰ ਭੀਮ ਅੰਬੇਦਕਰ ਜੀਵਨ ਦੇ ਜੀਵਨ ਬਿਊਰੇ 'ਤੇ ਚਾਨਣਾ ਪਾਇਆ। ਮੈਂ ਹਰਮਨ ਸਿੰਘ ਮਨਦੀਪ ਸਿੰਘ ਦੇ ਨਾਮ।